ਇੱਕ ਕਾਰ ਅਤੇ ਬਾਈਕ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਬਾਈਕ ਸਵਾਰ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਦੋਂ ਦੋ ਨੌਜਵਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਆਪਣੇ ਕੰਮ ਤੋਂ ਘਰ ਵਾਪਿਸ ਜਾ ਰਹੇ ਸੀ ਤਾਂ ਅਚਾਨਕ ਹੀ ਰਸਤੇ ਦੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਕਿਹਾ ਜਾ ਰਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜੋ ਬਾਈਕ ਦੇ ਪਿੱਛੇ ਬੈਠਾ ਨੌਜਵਾਨ ਸੀ ਉਹ ਸਾਈਡ ਦੇ ਵਿੱਚ ਗਿਰ ਜਾਂਦਾ ਅਤੇ ਕਾਰ ਦੇ ਵਿੱਚ ਹੀ ਬਾਈਕ ਫਸ ਜਾਂਦਾ ਅਤੇ ਕਾਰ ਚਾਲਕ ਉਸਨੂੰ ਕਾਫ਼ੀ ਦੂਰ ਤੱਕ ਘੜੀਸਦਾ ਹੋਇਆ ਆਪਣੇ ਨਾਲ ਹੀ ਲੈ ਜਾਂਦਾ ਜਿਸ ਦੇ ਵਿੱਚ ਨੌਜਵਾਨ ਦੀ ਜੋ ਬਾਈਕ ਚਲਾ ਰਿਹਾ ਸੀ ਉਸਦੀ ਮੌਕੇ 'ਤੇ ਹੀ ਜਾਨ ਚਲੀ ਗਈ। ਹਾਲਾਂਕਿ ਕਿਹਾ ਜਾ ਰਿਹਾ ਕਿ ਇਸ ਹਾਦਸੇ ਤੋਂ ਬਾਅਦ ਕਾਰ ਦਾ ਇੱਕ ਟਾਇਰ ਵੀ ਪੈਂਚਰ ਹੋ ਜਾਂਦਾ ਜਿਸ ਤੋਂ ਬਾਅਦ ਉਸਨੂੰ ਰਿਮ ਦੇ ਸਹਾਰੇ ਹੀ ਕਾਰ ਚਾਲਕ ਉਸਨੂੰ ਘੜੀਸਦਾ ਹੋਇਆ ਅੱਗੇ ਤੱਕ ਲੈ ਜਾਂਦਾ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹਨਾਂ ਨੇ ਪੁਲਿਸ ਨੂੰ ਸਾਰੀ ਇਨਫੋਰਮੇਸ਼ਨ ਵੀ ਇਸਦੇ ਬਾਰੇ ਦੇ ਦਿੱਤੀ ਹੈ ਪਰ ਫਿਲਹਾਲ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਸਿਰਫ ਪੁਲਿਸ ਦੇ ਵੱਲੋਂ ਦਬਾਅ ਜੋ ਹੈ ਉਹ ਪੋਸਟਮਾਰਟਮ ਦੇ ਲਈ ਉਹਨਾਂ ਦੇ ਉੱਤੇ ਪਾਇਆ ਜਾ ਰਿਹਾ। ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਨੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਕਾਰ ਚਾਲਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ ਅਤੇ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਸੰਘਰਸ਼ ਉੱਥੇ ਜਾਰੀ ਰੱਖਣਗੇ। ਤਾਂ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮੇਰਾ ਬ੍ਰਦਰ ਕੱਲ੍ਹ ਅਕਸ਼ ਕੁਮਾਰ ਪਿੰਡ ਕੌਣੀ ਤੋਂ ਮੁਕਤਸਰ ਜਾ ਰਿਹਾ ਸੀ ਔਰ ਵਾਪਸੀ ਟਾਈਮ ਜਦੋਂ ਪਿੰਡ ਜਾਈ ਜਾਂਦੇ ਸੀ ਅੱਗੋਂ ਇੱਕ ਗੱਡੀ ਆਈ, ਗੱਡੀ ਓਵਰਟੇਕ ਕਰਦੇ ਹੋਏ ਵਿੱਚ ਮਾਰੀ ਮੋਟਰਸਾਈਕਲ ਦੇ ਵਿੱਚ ਦੋ ਬੰਦੇ ਸੀ। ਪਿਛਲਾ ਮੁੰਡਾ ਸੀ ਜਿਹੜਾ ਉਹ ਡਿੱਗ ਪਿਆ, ਪਾਸੇ ਜਾ ਡਿੱਗ ਗਿਆ, ਉਹਦੇ ਲੱਤ 'ਤੇ ਚੋਟ ਆਈ ਹੈ। ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਅਕਸ਼ ਕੁਮਾਰ ਉਹ ਗੱਡੀ ਦੇ ਵਿੱਚ ਅੜਕ ਗਿਆ, ਗੱਡੀ ਵਾਲਿਆਂ ਨੇ ਧੂ ਕੇ ਲੈ ਗਿਆ, ਉਹਦੇ ਉੱਪਰ ਦੀ ਗੱਡੀ ਨਿਕਲੀ ਹੈ ਔਰ ਬੰਦਾ ਉਹਨੂੰ ਦੂਰ ਤੱਕ ਖਿੱਚ ਕੇ ਲੈ ਕੇ ਗਿਆ। ਐਟ ਏ ਟਾਈਮ ਹੀ ਬੰਦੇ ਦੀ ਉੱਥੇ ਹੀ ਡੈਥ ਹੋ ਗਈ, ਗੱਡੀ ਵਾਲਿਆਂ ਨੇ ਉਹਨੂੰ ਚੱਕਿਆ ਨਹੀਂ, ਛੱਡ ਕੇ ਭੱਜ ਗਿਆ। ਪਰ ਜਿਵੇਂ ਜਿਵੇਂ ਗੱਡੀ ਅੱਗੇ ਆਈ ਉਹਦਾ ਟਾਇਰ ਪੈਂਚਰ ਹੋਇਆ, ਕਾਫੀ ਲੋਕਾਂ ਨੇ ਦੇਖਿਆ ਉਹ ਰਿਮ 'ਤੇ ਗੱਡੀ ਲੈ ਕੇ ਜਾਂਦਾ ਰਿਹਾ ਦੂਰ ਤੱਕ। ਲੋਕਾਂ ਨੇ ਨੋਟਿਸ ਵੀ ਕੀਤਾ ਪਰ ਉਹਨੇ ਬਹੁਤ ਦਾਰੂ ਪੀ ਰੱਖੀ ਹੋਈ ਸੀ ਅਤੇ ਤਾਂ ਕਰਕੇ ਉਹਨੇ ਗੱਡੀ ਰੋਕੀ ਨਹੀਂ। ਈਵਨ ਕਿ ਚੌਂਕ 'ਤੇ ਜਦੋਂ ਲੋਕਾਂ ਨੇ ਉਹਨੂੰ ਵੇਖਿਆ ਅਤੇ ਉਹਦੀ ਗੱਡੀ ਦਾ ਨੰਬਰ ਵੀ ਟਰੇਸ ਕੀਤਾ, ਦੇਖਿਆ ਵੀ ਹੈ ਵੀਡੀਓ 'ਚ ਵੀ ਆਇਆ ਗਾ, ਅਤੇ ਉਹ ਕੱਲ੍ਹ ਦੇ ਅਸੀਂ ਉਸ ਚੀਜ਼ ਦੀ ਮੰਗ ਕਰੀ ਜਾਂਦੇ ਹਾਂ, ਸਾਨੂੰ ਬੰਦਾ ਲੱਭ ਕੇ ਦਿਓ। ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੈ, ਜਿੱਥੋਂ ਤੱਕ ਅਸੀਂ ਦੱਸਿਆ ਉੱਥੋਂ ਤੱਕ ਜਾ ਕੇ ਪੁਲਿਸ ਜਾ ਕੇ ਖੜੀ ਹੋਈ ਹੈ, ਦੇਖ ਕੇ ਆਏ ਆ। ਹਾਲੇ ਤੱਕ ਨਾ ਸਾਡੇ ਕੋਲ ਕੋਈ ਬੰਦਾ ਹਾਜ਼ਰ ਕੀਤਾ ਉਹਨਾਂ ਨੇ, ਨਾ ਉਹਨਾਂ ਨੇ ਸਾਨੂੰ ਕੋਈ ਗੱਡੀ ਹਾਜ਼ਰ ਕੀਤੀ ਆ। ਤੁਸੀਂ ਨਹੀਂ ਕਰਵਾ ਸਕਦੇ, ਜਿੰਨਾ ਚਿਰ ਸਾਨੂੰ ਕੋਈ ਬੰਦਾ ਨਹੀਂ ਮਿਲਦਾ, ਜਿੰਨਾ ਚਿਰ ਸਾਨੂੰ ਗੱਡੀ ਨਹੀਂ ਲਿਆ ਕੇ ਦਿੰਦੇ, ਨਾ ਸਾਡੇ ਸਾਹਮਣੇ ਬੰਦਾ ਕਰਦੇ ਆ, ਉਹਨਾਂ ਚਿਰ ਕੁਛ ਨਹੀਂ ਹੋਊਗਾ। ਉਹਨਾਂ ਚਿਰ ਅਸੀਂ ਬੈਠੇ ਹਾਂ ਇੱਥੇ, ਸਾਡਾ ਬੰਦਾ ਪਿਆ, ਸਾਡਾ ਜਾਣ ਵਾਲਾ ਚਲਾ ਗਿਆ ਜੀ, ਬਟ ਉਹਨਾਂ ਦੀ ਜਿੰਨਾ ਚਿਰ ਉਹਨੂੰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਚਿਰ ਬੈਠੇ ਹਾਂ ਸਾਰੇ ਇੱਥੇ। ਸਾਰਾ ਉਹਨਾਂ ਨੂੰ ਪਤਾ ਲੱਗ ਗਿਆ A to Z, ਉਹਨਾਂ ਨੂੰ ਸਾਰਾ ਅਸੀਂ ਦੇ ਦਿੱਤਾ, ਠੀਕ ਹੈ। ਪ੍ਰੂਫ ਕਿੱਥੋਂ ਗੱਡੀ ਚੱਲੀ ਹੈ, ਕਿਵੇਂ ਹੋਇਆ, ਕਿੱਡੇ ਕਿਵੇਂ ਸਾਡੇ ਬੰਦੇ ਨੂੰ ਥਰੂ ਥਰੂ ਕੇ ਉਹਨੇ ਗੱਡੀ ਦਿੱਤਾ, ਠੀਕ ਹੈ। ਜਦੋਂ ਗੱਲ ਆ ਸਾਨੂੰ ਇਹ ਪੁਲਿਸ ਵਾਲੇ ਫੋਰਸ ਕਰ ਰਹੇ ਪੋਸਟਮਾਰਟਮ ਲਈ, ਠੀਕ ਹੈ, ਉਹ ਅਸੀਂ ਨਹੀਂ ਕਰਾ ਸਕਦੇ। ਜਦੋਂ ਸਾਰਾ ਇਹਨਾਂ ਕੋਲ ਪ੍ਰੂਫ ਹੈਗਾ, CCTV ਕੈਮਰੇ ਹੈਗੇ, ਕਿਹੜੀ ਕਲੋਨੀ 'ਚ ਕਿੱਥੇ ਗਈ ਆ, ਕਿਹੜੇ ਬੰਦੇ ਦੇ ਨਾਮ 'ਤੇ ਗੱਡੀ ਆ, ਕਿਹੜਾ ਨੰਬਰ ਹੈ, ਸਭ ਕੁਛ ਹੈਗਾ। ਅੱਜ 6 ਵਜੇ ਐਕਸੀਡੈਂਟ ਹੋਇਆ ਅਤੇ ਦੂਜੇ 6 ਵਜਣ ਵਾਲੇ ਆ, 24 ਘੰਟੇ ਹੋ ਗਏ, ਕੋਈ 1 ਮਿੰਟ ਜੂ ਨਹੀਂ ਕਿਸੇ ਸਰਕੀ, ਠੀਕ ਹੈ। ਇਹੀ ਕਿਸੇ ਹੋਰ ਦਾ ਬੰਦਾ ਹੁੰਦਾ ਅਤੇ ਹੁਣ ਨੂੰ ਚੱਕ ਕੇ ਤੋ ਹੋ ਜਾਂਦਾ, ਠੀਕ ਹੈ ਨਾ। ਕੁਛ ਨਹੀਂ ਹੋਈ ਕਾਰਵਾਈ, ਬਸ ਸਾਨੂੰ ਕਹਿ ਦਿੰਦੇ ਆਜੋ ਪਾਸਪੋਰਟ ਕਰਾ ਲਓ, ਆਹ ਕਰਾ ਲਓ, ਆਹ ਕਰਾ ਲਓ, ਠੀਕ ਹੈ। ਕੋਈ SHO ਨੇ ਆਇਆ, ਕੋਈ ਵੱਡਾ ਅਫਸਰ ਨਹੀਂ ਆਇਆ, ਸਿਰਫ ਇੱਕ ਹੀ ਗੱਲ ਆ ਕਿ ਪਾਸਪੋਰਟ ਕਰਾ ਲਓ, ਉਹ ਕਰਾ ਲਓ, ਆਹ ਕਰਾ ਲਓ, ਠੀਕ ਹੈ ਨਾ। ਕੋਈ ਸਾਨੂੰ ਨਹੀਂ ਕਿਸੇ ਨੇ ਸੁਣੀ ਹੁਣ ਤੱਕ, 24 ਘੰਟੇ ਹੋ ਚੱਲੇ ਆ, ਠੀਕ।